ਤਾਂ ਵਰਲਡ ਚੈਂਪੀਅਨਸ ਭਾਰਤੀ ਕ੍ਰਿਕਟ ਟੀਮ T20 ਵਰਲਡ ਕੱਪ ਜਿੱਤਣ ਤੋਂ ਬਾਅਦ ਹੁਣ ਦਿੱਲੀ ਏਅਰਪੋਰਟ ਪਹੁੰਚ ਚੁੱਕੀ ਹੈ ਤੇ ਬਸ ਹੁਣ ਕੁਝ ਹੀ ਮਿੰਟਾਂ ਦੀ ਇੱਥੇ ਇੰਤਜ਼ਾਰ ਦੀਆਂ ਘੜੀਆਂ ਰਹਿ ਗਈਆਂ। ਬਸ ਇਸ ਵੇਲੇ ਚੱਲਣੀ ਸ਼ੁਰੂ ਹੋ ਚੁੱਕੀ ਹੈ ਤੇ ਟੀਮ ਇੰਡੀਆ ਇਸ ਵੇਲੇ ਹੁਣ ਇੱਥੋਂ ਦੀ ਦਿੱਲੀ ਏਅਰਪੋਰਟ ਤੋਂ ਆਪਣੇ ਹੋਟੇਲ ਵੱਲ ਰਵਾਨਾ ਹੋਏਗੀ। ਤਸਵੀਰਾਂ ਇਸ ਵੇਲੇ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਜੀ ਹਾਂ, ਇਹੀ ਉਹ ਘੜੀਆਂ ਨੇ, ਇਹੀ ਉਹ ਲਮਹੇ ਨੇ ਜਿਸ ਦਾ ਸਭ ਨੂੰ ਇੰਤਜ਼ਾਰ ਸੀ। ਟੀਮ ਇੰਡੀਆ ਇਸ ਵੇਲੇ ਇੱਥੋਂ ਹੁਣ ਨਿਕਲਦੀ ਵਿਖਾਈ ਦੇ ਰਹੀ ਹੈ ਜੀ ਹਾਂ, ਗੱਡੀਆਂ ਦਾ ਸਕਾਟਸ ਤੇ ਪਿੱਛੇ ਟੀਮ ਇੰਡੀਆ ਇਸ ਵੇਲੇ ਵਿਖਾਈ ਦੇ ਰਹੀ ਹੈ ਜੀ ਹਾਂ। ਤੁਸੀਂ ਵੇਖ ਪਾ ਰਹੇ ਹੋ ਇਸ ਵੇਲੇ ਪੂਰੀ ਤਰੀਕੇ ਦੇ ਨਾਲ ਜਿਹੜੇ ਤਮਾਮ ਉਹ ਫੈਨਸ ਨੇ ਉਹ ਇਸ ਵੇਲੇ ਇੱਥੇ ਮੌਜੂਦ ਨੇ, ਔਰ ਟੀਮ ਇੰਡੀਆ ਇਸ ਵੇਲੇ ਇਹੀ ਬੱਸ ਦੇ ਵਿੱਚ ਮੌਜੂਦ ਹੈ। ਜੀ ਹਾਂ, ਇਹੀ ਉਹ ਬੱਸ ਹੈ, ਇਹੀ ਉਹ ਬੱਸ ਹੈ, ਤੁਹਾਨੂੰ ਦੱਸਦੀ ਇਹੀ ਬੱਸ ਦੇ ਵਿੱਚ ਟੀਮ ਇੰਡੀਆ ਮੌਜੂਦ ਹੈ। ਰਾਹੁਲ ਦ੍ਰਵਿੜ ਨੂੰ ਖਾਸ ਤੌਰ ਤੇ ਫੇਅਰਵੈਲ ਦੇਣ ਦੇ ਲਈ ਇੱਥੇ ਉਹਨਾਂ ਦੀ ਤਸਵੀਰ ਲਗਾਈ ਗਈ ਹੈ, ਔਰ ਸਾਰੀ ਟੀਮ ਇੰਡੀਆ ਇਸ ਵੇਲੇ ਇੱਥੇ ਮੌਜੂਦ ਹੈ। ਜੀ ਹਾਂ, ਹਾਰਦਿਕ ਪਾਂਡਿਆ ਇਸ ਵੇਲੇ ਤੁਸੀਂ ਵੇਖ ਪਾ ਰਹੇ ਹੋ, ਤਮਾਮ ਜਿਹੜੇ ਟੀਮ ਮੈਂਬਰਸ ਨੇ ਇਸ ਵੇਲੇ ਮੈਡਲਸ ਟਰਾਫੀਜ਼ ਇਸ ਵੇਲੇ ਵਿਖਾਉਂਦੇ ਵਿਖਾਈ ਦੇ ਰਹੇ ਨੇ ਤੇ ਟੀਮ ਇੰਡੀਆ ਜੀ ਹਾਂ ਇੰਤਜ਼ਾਰ ਜਿਸ ਚੀਜ਼ ਦਾ ਸੀ ਉਹ ਇੰਤਜ਼ਾਰ ਹੁਣ ਇਸ ਵੇਲੇ ਇੱਥੇ ਖਤਮ ਹੁੰਦਾ ਵਿਖਾਈ ਦੇ ਰਿਹਾ। ਟੀਮ ਇੰਡੀਆ ਦੇ ਇਹ ਪਲੇਅਰਸ ਨੇ ਜਿਹੜੇ ਕਿ ਇਸ ਵੇਲੇ ਇੱਥੇ ਮੌਜੂਦ ਨੇ, ਤੇ ਨਾਲ ਹੀ ਵਰਲਡ ਕੱਪ ਟਰਾਫੀ ਤੁਸੀਂ ਵੇਖ ਪਾ ਰਹੇ ਹੋ, ਉਹ ਟਰਾਫੀ ਵਿਖਾਈ ਦੇ ਰਹੀ ਹੈ ਜਿਹੜੀ ਕਿ ਜਿੱਤ ਕੇ ਟੀਮ ਇੰਡੀਆ ਇੱਥੇ ਪਹੁੰਚੀ ਹੈ। ਬੜੇ ਹੀ ਖੁਸ਼, ਬੜੇ ਹੀ ਚਾਅ ਦੇ ਨਾਲ ਟੀਮ ਇਸ ਵੇਲੇ ਇੱਥੇ ਵਿਖਾਈ ਦੇ ਰਹੀ ਹੈ। ਤਾਂ ਵਾਕਿਆ ਜੀ ਇਹ ਇੱਕ ਕਰਾਊਡ ਆਪਣੇ ਆਪ ਦੇ ਵਿੱਚ ਬੜਾ ਖਾਸ ਹੈ, ਬੜਾ ਦਿਲਚਸਪ ਹੈ। ਇਹ ਤੁਸੀਂ ਇਸ ਵੇਲੇ ਵੇਖ ਪਾ ਰਹੇ ਹੋ ਟੀਮ ਇੰਡੀਆ ਦੀ ਇੱਕ ਝਲਕ ਪਾਉਣ ਦੇ ਲਈ ਤਮਾਮ ਜਿਹੜੇ ਫੈਨਸ ਇੱਥੇ ਮੌਜੂਦ ਨੇ, ਜਿਹੜੇ ਸਵੇਰ ਤੋਂ ਇੱਥੇ 3 ਵਜੇ ਤੋਂ ਆਏ ਹੋਏ ਨੇ, ਤੇ ਟੀਮ ਇੰਡੀਆ ਦੇ ਲਈ ਟੀਮ ਇੰਡੀਆ ਇਸ ਵੇਲੇ ਇੱਥੇ ਪਹੁੰਚ ਚੁੱਕੀ ਹੈ। ਤੇ ਇਹ ਕਰਾਊਡ ਤੁਸੀਂ ਵੇਖ ਪਾ ਰਹੇ ਹੋ, ਇਹ ਕਰਾਊਡ ਆਪਣੇ ਆਪ ਦੇ ਵਿੱਚ ਬੜਾ ਖਾਸ ਹੈ, ਬੜਾ ਦਿਲਚਸਪ ਹੈ, ਔਰ ਸਵੇਰ ਤੋਂ 3 ਵਜੇ ਤੋਂ ਲੈ ਕੇ ਹੁਣ ਤੱਕ ਜਿਹੜੇ ਇੰਤਜ਼ਾਰ ਕਰ ਰਹੇ ਸੀ ਤਮਾਮ ਫੈਨਸ, ਉਹ ਤਮਾਮ ਫੈਨਸ ਦੀ ਚਾਹਨਾ ਹੁਣ ਪੂਰੀ ਹੁੰਦੀ ਵਿਖਾਈ ਦੇ ਰਹੀ ਹੈ। ਟਰਾਫੀ ਹੱਥ ਦੇ ਵਿੱਚ ਫੜ ਕੇ ਟੀਮ ਇੰਡੀਆ ਬੱਸ ਦੇ ਵਿੱਚ ਮੌਜੂਦ ਹੈ। ਤਮਾਮ ਪਲੇਅਰਸ ਮੈਡਲਸ ਫਲਾਂਟ ਕਰਦੇ ਵਿਖਾਈ ਦਿੱਤੇ, ਮੈਡਲਸ ਵਿਖਾ ਰਹੇ ਸੀ ਹੱਥਾਂ ਦੇ ਵਿੱਚ, ਉਹ ਟਰਾਫੀ ਅਸੀਂ ਵੇਖੀ ਜਿਹੜੀ ਸਿਰਫ ਟੀਵੀ ਦੇ ਉੱਪਰ ਅਸੀਂ ਵੇਖ ਪਾ ਰਹੇ ਸੀ, ਪਰ ਅੱਜ ਉਸ ਟਰਾਫੀ ਦੇ ਵੀ ਇੱਥੇ ਦੀਦਾਰ ਹੁੰਦੇ ਵਿਖਾਈ ਦਿੱਤੇ। ਟੀਮ ਇੰਡੀਆ ਭਾਰਤ ਪਹੁੰਚ ਚੁੱਕੀ ਹੈ, ਦਿੱਲੀ ਏਅਰਪੋਰਟ ਤੇ ਲੈਂਡ ਹੋਣ ਮਗਰੋਂ ਬੱਸਾਂ ਦਾ ਕਾਫਲਾ ਰਵਾਨਾ ਇੱਥੋਂ ਹੁੰਦਾ ਵਿਖਾਈ ਦਿੱਤਾ। ਤੇ ਅੱਜ ਦੇ ਟੀਮ ਦੀ ਸ਼ਡਿਊਲ ਦੀ ਜੇਕਰ ਗੱਲ ਕੀਤੀ ਜਾਵੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ, ਤੇ ਉਸ ਤੋਂ ਬਾਅਦ ਮੁੰਬਈ ਜਾ ਕੇ ਵਿਕਟਰੀ ਮਾਰਚ ਤੇ ਫਿਰ ਉੱਥੇ ਫੈਲੀਸੀਟੇਸ਼ਨ ਸੈਰੇਮਨੀ ਹੋਵੇਗੀ। ਪਰ ਉਸ ਤੋਂ ਪਹਿਲਾਂ ਜਿਹੜੇ ਤਮਾਮ ਫੈਨਸ ਇੱਥੇ ਪਹੁੰਚੇ ਹੋਏ ਸੀ ਸਵੇਰੇ 3 ਵਜੇ ਤੋਂ ਲੈ ਕੇ 4 ਵਜੇ ਤੋਂ ਲੈ ਕੇ, ਉਹ ਫੈਨਸ ਦੀ ਖੁਸ਼ੀ ਦਾ ਨਜ਼ਾਰਾ ਇੱਕ ਵੱਖਰਾ ਸੀ, ਕਿਉਂਕਿ ਆਪਣੇ ਹੱਥਾਂ ਦੇ ਵਿੱਚ ਟਰਾਫੀ ਫੜ ਕੇ ਮੈਡਲਸ ਫੜ ਕੇ ਵਿਖਾਉਂਦੇ ਨਜ਼ਰ ਆਏ। ਰੋਹਿਤ ਸ਼ਰਮਾ, ਵਿਰਾਟ ਕੋਹਲੀ, ਤਮਾਮ ਜਿਹੜੇ ਕ੍ਰਿਕਟਰਸ ਬੱਸ ਦੇ ਵਿੱਚ ਮੌਜੂਦ ਸੀ, ਤੇ ਫੈਨਸ ਦੀ ਖੁਸ਼ੀ ਤੁਸੀਂ ਵੇਖੋ ਇੱਕ ਵਾਰ, ਇਹ ਫੈਨਸ ਦੀ ਉਹ ਖੁਸ਼ੀ ਹੈ ਜਿਹੜੇ ਇਸ ਵੇਲੇ ਇੱਥੇ ਪਹੁੰਚੇ ਹੋਏ ਆ, ਸਵੇਰ ਤੋਂ ਲੈ ਕੇ ਹੁਣ ਤੱਕ ਇੱਥੇ ਸਿਰਫ ਇਸ ਕਰਕੇ ਮੌਜੂਦ ਸੀ ਤਾਂ ਜੋ ਇੱਕ ਝਲਕ ਪਾ ਪਾਉਂਦੇ, ਤਾਂ ਜੋ ਇੱਕ ਝਲਕ ਵੇਖ ਪਾਉਂਦੇ। ਤੇ ਇਸ ਵੇਲੇ ਜਿਹੜੇ ਤਮਾਮ ਲੋਕ ਇੱਥੇ ਮੌਜੂਦ ਨੇ, ਤਮਾਮ ਲੋਕ ਇਸ ਵੇਲੇ ਇੱਥੇ ਸਿਰਫ ਇੰਡੀਆ ਇੰਡੀਆ ਦਾ ਨਾਰਾ ਲਾਉਂਦੇ ਵਿਖਾਈ ਦੇ ਰਹੇ ਨੇ, ਝੰਡਾ ਇਸ ਵੇਲੇ ਲਹਿਰਾਉਂਦਾ ਵਿਖਾਈ ਦੇ ਰਿਹਾ, ਔਰ ਤਮਾਮ ਜਿਹੜੇ ਫੈਨਸ ਹੈ ਉਹਨਾਂ ਨੂੰ ਬਸ ਇਸੇ ਗੱਲ ਦੀ ਉਡੀਕ ਸੀ ਕਿ ਉਹ ਟਰਾਫੀ ਦੀ ਇੱਕ ਝਲਕ ਪਾ ਵੇਖ ਪਾਉਂਦੇ, ਤੇ ਟਰਾਫੀ ਦੀ ਝਲਕ ਵੇਖਣ ਤੋਂ ਬਾਅਦ ਤਮਾਮ ਜਿਹੜੇ ਫੈਨਸ ਹੈ ਉਹਨਾਂ ਦੇ ਵਿੱਚ ਖੁਸ਼ੀ ਇੱਕ ਵੱਖਰੇ ਲੈਵਲ ਦੇ ਉੱਪਰ ਨਜ਼ਰ ਆ ਰਹੀ ਹੈ। ਜੀ ਹਾਂ, ਇਹ ਤਮਾਮ ਕ੍ਰਿਕਟ ਫੈਨਸ ਤੁਸੀਂ ਵੇਖ ਪਾ ਰਹੇ ਹੋ, ਔਰ ਕ੍ਰਿਕਟ ਫੈਨਸ ਦੇ ਵਿੱਚ ਖੁਸ਼ੀ, ਉਮੰਗ, ਜੋਸ਼ ਹੋਵੇ ਵੀ ਕਿਉਂ ਨਾ, ਕਿਉਂਕਿ ਇੱਕ ਲੰਬਾ
ਭੁੱਖ, ਲੰਬਾ ਇੰਤਜ਼ਾਰ ਜਿਹੜਾ ਖਤਮ ਹੋਇਆ ਟੀ ਟਵੈਂਟੀ ਵਰਲਡ ਕੱਪ ਜਿੱਤਣ ਦਾ, ਭਾਵੇਂ ਹਲੇ 3-4 ਦਿਨ ਇਸ ਨੂੰ ਬੀਤ ਚੁੱਕੇ ਆ। 29 ਤਰੀਕ ਤੋਂ ਲੈ ਕੇ ਹੁਣ ਤੱਕ ਟੀਮ ਫਸੀ ਹੋਈ ਸੀ ਬਾਰਬਾਡੋਸ ਦੇ ਵਿੱਚ, ਪਰ ਅੱਜ ਵੀ ਲੱਗਦਾ ਕਿ ਅੱਖਾਂ ਦੇ ਸਾਹਮਣੇ ਉਹੀ ਦ੍ਰਿਸ਼ ਘੁੰਮਦਾ ਹੋਇਆ ਨਜ਼ਰ ਆਉਂਦਾ, ਜਦ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੇ ਇੱਕ ਦੂਜੇ ਨੂੰ ਗਲੇ ਲਾਇਆ ਬੱਚਿਆਂ ਵਾਂਗ। ਰੋਹਿਤ ਸ਼ਰਮਾ ਜ਼ਮੀਨ ਦੇ ਉੱਪਰ ਡਿੱਗ ਕੇ ਹੱਥ ਮਾਰਦੇ ਨਜ਼ਰ ਆਉਂਦੇ ਨੇ, ਜਾਂ ਫਿਰ ਤਮਾਮ ਜਿਹੜੇ ਪਲੇਅਰਸ ਆ ਇੱਕ ਦੂਜੇ ਨੂੰ ਖੁਸ਼ੀ ਦੇ ਨਾਲ ਸੈਲੀਬ੍ਰੇਟ ਕਰਦੇ ਹੋਏ ਨਜ਼ਰ ਆਉਂਦੇ ਨੇ। ਅਰਸ਼ਦੀਪ ਆਪਣੀ ਮੰਮੀ ਦੇ ਮੈਡਲ ਪਾ ਕੇ ਖੁਸ਼ੀ ਸੈਲੀਬ੍ਰੇਟ ਕਰਦੇ ਨੇ, ਉਹ ਤਮਾਮ ਜਿਹੜੀਆਂ ਝਲਕੀਆਂ ਨੇ, ਉਹ ਤਸਵੀਰਾਂ ਨੇ, ਉਹ ਲੰਬੇ ਸਮੇਂ ਤੱਕ ਅੱਖਾਂ ਦੇ ਅੱਗੇ ਰਹਿਣਗੀਆਂ। ਫਿਲਹਾਲ ਇਹ ਜਿਹੜੀ ਖੁਸ਼ੀ ਹੈ ਹਲੇ ਛੇਤੀ ਸਮਾਪਤ ਹੋਣ ਵਾਲੀ ਨਹੀਂ ਹੈ, ਇਹ ਜਿਹੜੀ ਖੁਸ਼ੀ ਹੈ ਹਲੇ ਲੰਬੀ ਚੱਲੇਗੀ, ਇਹ ਖੁਸ਼ੀ ਜਿਹੜੀ ਹਲੇ ਲੰਬੇ ਸਮੇਂ ਤੱਕ ਬਰਕਰਾਰ ਰਹੇਗੀ। ਵਾਕਈ ਜੀ ਇਹ ਮਜ਼ਾ ਹੈ, ਖੁਸ਼ੀ ਹੈ, ਔਰ ਚੱਕ ਦੇ ਫੱਟੇ ਜਿਹੜੇ ਲੋਕ ਕਹਿ ਰਹੇ ਹੈ, ਇਹ ਆਪਣੇ ਆਪ ਦੇ ਵਿੱਚ ਹੈ ਜਿਹੜੀ ਖੁਸ਼ੀ ਹੈ, ਉਹ ਬਿਆਨ ਕਰਨੀ ਅਰਫਾਂ ਦੇ ਵਿੱਚ ਥੋੜੀ ਔਖੀ ਹੈ, ਔਰ ਲੰਬੇ ਸਮੇਂ ਤੱਕ ਇਹ ਚਿਰ ਇਹ ਮੂਮੈਂਟ ਜਿਹੜਾ ਹੈ ਯਾਦ ਰੱਖਿਆ ਜਾਏਗਾ। ਫਿਲਹਾਲ ਮੈਂ ਅਮਿਤ ਮਲਹੋਤਰਾ, ਕੈਮਰਾਮੈਨ ਜਗਦੀਸ਼ ਦੇ ਨਾਲ, ਦਿੱਲੀ ਏਅਰਪੋਰਟ, ਪੀ ਟੀ ਸੀ ਨਿਊਜ਼।